ਰੁਕਰ ਦਿਆਂਗੇ ਰਾਜਪੁਰਾ ਤੋਂ ਬਾਅਦ ਹੁਣ ਪਟਿਆਲਾ ਦੇ ਵਿੱਚ ਵੀ ਡਾਇਰੀਆ ਦੀ ਦਸਤਕ ਜਿਹੜੀ ਹੈ ਸਾਹਮਣੇ ਆਈ ਹੈ। ਗੰਦਾ ਪਾਣੀ ਪੀਣ ਤੋਂ ਬਾਅਦ ਦਰਜਨ ਦੇ ਕਰੀਬ ਵਿਅਕਤੀ ਇੱਥੇ ਬਿਮਾਰ ਹੋ ਗਏ ਨੇ। ਨਜ਼ਦੀਕੀ ਪਿੰਡ ਚਿਲ ਦੇ ਸ਼ਹੀਦ ਉਦਮ ਸਿੰਘ ਨਗਰ ਦੇ ਵਿੱਚ ਗੰਦੇ ਪਾਣੀ ਕਰਕੇ ਇੱਥੇ ਡਾਇਰੀਆ ਫੈਲ ਗਿਆ। ਰਾਜਪੁਰਾ ਜਿੱਥੇ ਕਿ ਲਗਾਤਾਰ ਡਾਇਰੀਆ ਫੈਲਿਆ ਹੋਇਆ, 5 ਲੋਕਾਂ ਦੀ ਮੌਤ ਚੁੱਕੀ ਹੈ ਤੇ ਹੁਣ ਉਸ ਤੋਂ ਬਾਅਦ ਪਟਿਆਲਾ ਵਿੱਚ ਵੀ ਡਾਇਰੀਆ ਜਿਹੜਾ ਹੈ ਫੈਲ ਗਿਆ ਤੇ ਗੰਦਾ ਪਾਣੀ ਪੀਣ ਤੋਂ ਬਾਅਦ ਦਰਜਨ ਦੇ ਕਰੀਬ ਲੋਕ ਬਿਮਾਰ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ। ਦਰਜੀ ਕੇ ਪਿੰਡ ਚਿਲ ਦੇ ਸ਼ਹੀਦ ਉਦਮ ਸਿੰਘ ਨਗਰ ਦੇ ਗੰਦੇ ਪਾਣੀ ਕਰਕੇ ਇੱਥੇ ਡਾਇਰੀਆ ਫੈਲ ਗਿਆ। ਰਾਜਪੁਰਾ ਦੇ ਪਿੰਡ ਸ਼ਾਮਦੂ ਕੈਂਪ ਵਿੱਚ ਡਾਇਰੀਆ ਕਰਕੇ ਹੁਣ ਤੱਕ 5 ਲੋਕਾਂ ਦੀ ਜਾਨ ਜਾ ਚੁੱਕੀ ਹੈ। ਅਜੇ ਵਿਚਕਾਰ ਡਾਇਰੀਆ ਦਾ ਕਹਿਰ ਜਿਹੜਾ ਹੈ ਉਹ ਹੁਣ ਬਣਿਆ ਹੋਇਆ ਜੋ ਲੋਕਾਂ ਲਈ ਜਾਨ ਤੇ ਪਾਰੂ ਪੈ ਰਿਹਾ ਤੇ ਹੁਣ ਰਾਜਪੁਰਾ ਤੋਂ ਬਾਅਦ ਪਟਿਆਲਾ ਵਿੱਚ ਵੀ ਡਾਇਰੀਆ ਨੇ ਦਸਤਕ ਦਿੱਤੀ ਹੈ। ਇੱਥੇ ਗੰਦਾ ਪਾਣੀ ਪੀਣ ਤੋਂ ਬਾਅਦ ਦਰਜਨ ਦੇ ਕਰੀਬ ਵਿਅਕਤੀ ਬਿਮਾਰ ਹੋਏ ਨੇ, ਹਸਪਤਾਲ ਵਿੱਚ ਇਸ ਵੇਲੇ ਜ਼ੇਰੇ ਇਲਾਜ ਨੇ। ਦੱਸ ਦੇ ਕਿ ਪਟਿਆਲਾ ਦੇ ਵਿੱਚ ਵੀ ਇਹ ਡਾਇਰੀ ਨੇ ਆਪਣੀ ਦਸਤਕ ਦਿੱਤੀ ਹੈ ਜਿੱਥੇ ਕਈ ਲੋਕਾਂ ਦੇ ਗੰਦੇ ਪਾਣੀ ਦੇ ਚਲਦਿਆਂ ਬਿਮਾਰ ਹੋਣ ਦੀ ਖਬਰ ਹੈ। ਗਗਨਦੀਪ ਪਹੁੰਚਾ ਸਾਡੇ ਨਾਲ ਜੁੜ ਚੁੱਕੇ ਨੇ। ਗਗਨਦੀਪ ਜੀ, ਰਾਜਪੁਰਾ ਵਿੱਚ ਤਾਂ ਪਹਿਲਾਂ ਹੀ ਡਾਇਰੀਆ ਫੈਲਿਆ ਸੀ ਤੇ ਹੁਣ ਪਟਿਆਲਾ ਦੇ ਵਿੱਚ ਵੀ ਇਹੀ ਹਾਲ ਨੇ, ਕੀ ਕੁਛ ਇਸ ਵੇਲੇ ਦੀ ਜਿਹੜੀ ਹੈ ਅਪਡੇਟ ਔਰ ਤਸਵੀਰ ਹੈ? ਜੀ ਬਿਲਕੁਲ ਰਾਧਾ, ਨਗਰ ਨਿਗਮ ਦੀ ਨਲਾਇਕੀ ਅਸੀਂ ਕਹਿ ਸਕਦੇ ਹਾਂ, ਜਿਸ ਤਰੀਕੇ ਨਾਲ ਟੈਂਕੀ ਨੂੰ ਸਹੀ ਢੰਗ ਨਾਲ ਸਾਫ਼ ਨਹੀਂ ਕੀਤਾ ਗਿਆ ਔਰ ਸੀਵਰੇਜ ਦਾ ਪਾਣੀ ਮਿਕਸ ਜਿਹੜਾ ਪਾਣੀ ਦੇ ਪੀਣ 'ਚ ਆ ਗਿਆ, ਉਹਦੇ ਕਰਕੇ ਝਿੱਲ ਪਿੰਡ ਦੇ ਜਿਹੜਾ ਊਧਮ ਸਿੰਘ ਕਲੋਨੀ ਹੈਗੀ ਉੱਥੇ ਕਾਫ਼ੀ ਬਿਮਾਰ ਦੱਸੇ ਜਾ ਰਹੇ ਨੇ। ਹਾਲੇ ਤੱਕ ਰਿਪੋਰਟਾਂ ਜੋ ਸਾਹਮਣੇ ਆਈਆਂ ਨੇ 12 ਦੇ ਕਰੀਬ ਤਾਂ ਐਡਮਿਟ ਹੋ ਚੁੱਕੇ ਨੇ ਵੱਖ ਵੱਖ ਹਸਪਤਾਲਾਂ 'ਚ ਅਤੇ ਦੱਸਿਆ ਜਾ ਰਿਹਾ ਕਿ 4 ਦਰਜਨ ਦੇ ਕਰੀਬ ਹੋਰ ਜਿਹੜੇ ਨੇ ਪਿੰਡ 'ਚ ਘਰ ਹੀ ਇਲਾਜ ਕਰ ਰਹੇ ਨੇ, ਉੱਥੇ ਬਿਮਾਰ ਹੋ ਗਏ। ਲਗਭਗ 60 ਦੇ ਕਰੀਬ ਬਿਮਾਰ ਦੱਸੇ ਜਾ ਰਹੇ ਕਿਉਂਕਿ ਨਗਰ ਨਿਗਮ ਦੀ ਨਲਾਇਕੀ ਕਰਕੇ ਅਤੇ ਗੰਦਾ ਪਾਣੀ ਲੋਕਾਂ ਨੂੰ ਮਿਲਿਆ, ਪੀਣ ਦਾ ਪਾਣੀ ਗੰਦਾ ਮਜਬੂਰ ਹੋਏ ਜਿਹਦੇ ਕਰਕੇ ਇਹ ਸਾਰੀ ਬਿਮਾਰੀ ਫੈਲੀ। ਔਰ ਜਿਸ ਤਰੀਕੇ ਤੁਸੀਂ ਦੱਸ ਰਹੇ ਹੋ, ਸ਼ਾਮਦੂ ਪਿੰਡ ਵਿੱਚ ਵੀ ਸਰਕਾਰ ਵੱਲੋਂ ਸਾਫ਼ ਪਾਣੀ ਮੁਹੱਈਆ ਨਾ ਕੀਤੇ ਜਾਣ ਦੇ ਫਲਸਰੂਪ ਉੱਥੇ 5 ਮੌਤਾਂ ਵੀ ਹੋ ਚੁੱਕੀਆਂ ਨੇ, ਕਾਫ਼ੀ ਸੈਂਕੜੇ ਦੀ ਗਿਣਤੀ ਬਿਮਾਰ ਵੀ ਹੋਏ ਨੇ। ਔਰ ਅੱਜ ਪਟਿਆਲੇ ਵਾਪਰ ਗਈ ਘਟਨਾ ਜਿਸ ਤਰੀਕੇ ਦੇ ਨਾਲ ਕਾਫ਼ੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਕਿ ਮੌਜੂਦਾ ਸਰਕਾਰ ਜਿਸ ਤਰੀਕੇ ਦੇ ਨਾਲ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੀ ਹੈ, ਉਸ ਨੂੰ ਕਾਫ਼ੀ ਚਿੰਤਾਵਾਂ ਸਾਹਮਣੇ ਆ ਰਹੀਆਂ ਨੇ। ਬਿਲਕੁਲ, ਕਿਉਂਕਿ ਲੋਕ ਵੱਡੀ ਗਿਣਤੀ 'ਚ ਬਿਮਾਰ ਹੋ ਰਹੇ ਨੇ। ਰਾਜਪੁਰਾ ਵਿੱਚ ਤਾਂ 5 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜੇ ਵਿਚਕਾਰ ਹੁਣ ਕੋਈ ਕਦਮ ਚੁੱਕੇ ਜਾ ਰਹੇ ਨੇ ਤਾਂ ਜੋ ਇਹ ਡਾਇਰੀਆ ਇਸ ਤੇ ਰੋਕਥਾਮ ਹੋ ਸਕੇ? ਰਾਧਾ, ਸਿਹਤ ਵਿਭਾਗ ਦੇ ਜਿਹੜੇ ਹੈਗੇ ਡੈਮੇਜ ਕੰਟਰੋਲ ਕਰਨ ਲਈ ਪਹੁੰਚ ਚੁੱਕੇ ਨੇ ਡਾਕਟਰ ਤੇ ਸਿਹਤ ਵਿਭਾਗ ਦੀ ਟੀਮ, ਉੱਥੇ ਓਪੀਡੀ ਵੀ ਇੰਸਟਾਲ ਕਰ ਦਿੱਤੀ ਗਈ ਹੈ, ਓਪੀਡੀ ਚੱਲ ਰਹੀ ਹੈਗੀ। ਔਰ ਜਿਹੜੇ ਵੀ ਪਿੰਡ ਦੇ ਲੋਕ ਹੈਗੇ ਉਹਨਾਂ ਨੂੰ ਸਾਫ਼ ਪਾਣੀ ਮੁਹੱਈਆ ਕਰਨ ਦੇ ਲਈ ਮਿਊਂਸਪਲ ਕਾਰਪੋਰੇਸ਼ਨ ਵੱਲੋਂ ਟੈਂਕਰ ਵੀ ਉੱਥੇ ਭੇਜੇ ਜਾ ਰਹੇ ਨੇ। ਔਰ ਦੂਜੇ ਪਾਸੇ ਜਿਹੜੀ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਓ ਆਰ ਐਸ ਦੇ ਪੈਕਟ ਦਿੱਤੇ ਜਾ ਰਹੇ, ਸਿਹਤ ਵਿਭਾਗ ਗਰਕ ਚ ਆਇਆ ਕਿਉਂਕਿ ਡਾਇਰੀਆ ਫੈਲਣ ਦੇ ਨਾਲ ਉਹਨੂੰ ਰੋਕਣ ਦੇ ਲਈ ਉਹ ਦਵਾਈਆਂ ਅਤੇ ਓ ਆਰ ਐਸ ਦੇ ਪੈਕਟ ਮੁਹੱਈਆ ਜਿਹੜੇ ਨੇ ਉੱਥੇ ਕੀਤੇ ਜਾ ਰਹੇ ਨੇ। ਜੀ ਜੀ, ਬਹੁਤ ਬਹੁਤ ਸ਼ੁਕਰੀਆ ਫਿਲਹਾਲ ਦੀ ਜਾਣਕਾਰੀ ਲਈ। ਸੋ ਫਿਲਹਾਲ ਜਿਹੜਾ ਹੈ ਹੁਣ ਕਦਮ ਜ਼ਰੂਰ ਚੁੱਕੇ ਜਾ ਰਹੇ ਨੇ, ਲੇਕਿਨ ਇਹ ਡਾਇਰੀਆ ਲੋਕਾਂ ਦੀ ਜਾਨ ਤੇ ਪਾਰੂ ਪੈ ਰਿਹਾ ਜਿਸ ਨਾਲ ਵੱਡੀ ਗਿਣਤੀ 'ਚ ਲੋਕ ਬਿਮਾਰ ਹੋਏ ਨੇ ਤੇ ਰਾਜਪੁਰਾ ਦੇ ਵਿੱਚ ਪਹਿਲਾਂ ਹੀ 5 ਮੌਤਾਂ ਹੋ ਚੁੱਕੀਆਂ ਨੇ ਤੇ ਹੁਣ ਪਟਿਆਲਾ ਦੇ ਵਿੱਚ ਵੀ ਡਾਇਰੀਆ ਦਸਤਕ ਦੇ ਚੁੱਕਿਆ। ਰੁਕਰ ਦਿਆਂਗੇ, ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਕੱਲ੍ਹ ਜਿਹੜਾ ਹੈ ਵੋਟਿੰਗ ਹੋਵੇਗੀ। ਉਮੀਦਵਾਰਾਂ ਵੱਲੋਂ ਡੋਰ ਟੂ ਡੋਰ ਇਸ ਵੇਲੇ ਕੈਂਪੇਨ ਕੀਤਾ ਜਾ ਰਿਹਾ। ਦੱਸ ਦੇ ਕਿ ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਤੇ ਚੋਣ ਅਖਾੜਾ ਪੱਖਿਆ ਹੋਇਆ, ਕੱਲ੍ਹ ਵੋਟਾਂ ਪੈਣੀਆਂ ਨੇ। ਇਸ ਨੂੰ ਲੈ ਕੇ ਲਗਾਤਾਰ ਚੋਣ ਪ੍ਰਚਾਰ ਸਿਖਰਾਂ ਤੇ ਰਿਹਾ ਤੇ ਬੀਤੇ ਦਿਨ ਸ਼ਾਮ 6 ਵਜੇ ਚੋਣ ਪ੍ਰਚਾਰ ਥੰਮ ਗਿਆ ਤੇ ਇਸ ਵੇਲੇ ਉਮੀਦਵਾਰਾਂ ਵੱਲੋਂ ਹੁਣ ਡੋਰ ਟੂ ਡੋਰ ਕੈਂਪੇਨ ਕੀਤਾ ਜਾ ਰਿਹਾ। ਦੱਸ ਦੇ ਕਿ ਕੱਲ੍ਹ ਸ਼ਾਮ 6 ਵਜੇ ਇਹ ਚੋਣ ਪ੍ਰਚਾਰ ਥੰਮ ਗਿਆ ਸੀ, ਜਿਸ ਵਿੱਚ ਤਮਾਮ ਪਾਰਟੀਆਂ ਦੇ ਜਿਹੜੇ ਦਿੱਗਜ ਹਨ ਉਹ ਲਗਾਤਾਰ ਚੋਣ ਪ੍ਰਚਾਰ ਕਰਦੇ ਵੀ ਨਜ਼ਰ ਆਏ। ਕੁੱਲ 16 ਉਮੀਦਵਾਰ ਨੇ ਜੋ ਚੋਣ ਮੈਦਾਨ 'ਚ ਨੇ ਆਪਣੀ ਕਿਸਮਤ ਆਜ਼ਮਾ ਰਹੇ ਨੇ। ਦੱਸ ਦੇ ਕਿ ਕੁੱਲ 15,69,240 ਵੋਟਰਾਂ ਨੂੰ ਜਮਹੂਰੀ ਹੱਕ ਦੀ ਵਰਤੋਂ ਦਾ ਅਧਿਕਾਰ ਜਿਹੜਾ ਹੈ ਉਹ ਮਿਲਿਆ। ਇਹਨਾਂ ਦੇ ਵਿੱਚ 26 ਜੂਨ ਨੂੰ ਜੋ ਚੋਣ ਨਤੀਜਿਆਂ ਦਾ ਐਲਾਨ ਹੋਵੇਗਾ, ਜੋ ਤਮਾਮ ਤਿਆਰੀਆਂ ਜਿਹੜੀਆਂ ਨੇ ਉਹ ਕਰ ਲਈਆਂ ਗਈਆਂ ਨੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ। ਰੁਕਰ ਦਿਆਂਗੇ, ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਜਾਂਚ ਤੇਜ਼ ਹੋਈ ਹੈ ਤੇ ਹੁਣ ਫਰੀਦਕੋਟ ਜੇਲ੍ਹ ਤੋਂ ਸੁਖਜੀਤ ਸਿੱਧੂ ਨੂੰ ਮਾਨਸਾ ਲਿਆਂਦਾ ਗਿਆ। ਮਾਨਸਾ ਪੁਲਿਸ ਨੇ ਸੁਖਜੀਤ ਦਾ 6 ਦਿਨ ਦਾ ਰਿਮਾਂਡ ਹਾਸਲ ਕੀਤਾ, ਜਿੱਥੇ ਕਿ ਉਸ ਤੋਂ ਹੁਣ ਪੁੱਛਗਿੱਛ ਹੋਰ ਕੀਤੀ ਜਾਏਗੀ। ਤੋ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਲਗਾਤਾਰ ਜਾਂਚ ਅੱਗੇ ਵੱਧ ਰਹੀ ਹੈ, ਤਾਰ ਤਮਾਮ ਜੋੜਨ ਦੀ ਕੋਸ਼ਿਸ਼ਾਂ ਦੇ ਤਹਿਤ ਲਗਾਤਾਰ ਕਾਰਵਾਈ ਹੋ ਰਹੀ ਹੈ ਤੇ ਹੁਣ ਫਰੀਦਕੋਟ ਜੇਲ੍ਹ ਤੋਂ ਸੁਖਜੀਤ ਸਿੱਧੂ ਨੂੰ ਮਾਨਸਾ ਲਿਆਂਦਾ ਗਿਆ। ਦੱਸ ਦੇ ਕਿ ਸੁਖਜੀਤ ਤੇ ਸ਼ੂਟਰ ਮੁਹੱਈਆ ਕਰਵਾਉਣ ਦਾ ਇਲਜ਼ਾਮ ਹੈ। ਮਾਨਸਾ ਪੁਲਿਸ ਨੇ 6 ਦਿਨ ਦਾ ਰਿਮਾਂਡ ਉਸਦਾ ਹਾਸਲ ਕੀਤਾ। ਸੋ ਇਲਜ਼ਾਮ ਸੁਖਜੀਤ ਸਿੱਧੂ ਤੇ ਹੈ ਕਿ ਉਸਨੇ ਸ਼ੂਟਰ ਮੁਹੱਈਆ ਕਰਵਾਏ ਸਨ। ਅਜੇ ਵਿਚਕਾਰ ਸੁਖਜੀਤ ਸਿੱਧੂ ਤੋਂ ਹੁਣ ਗਹਿਰਾਈ ਦੇ ਨਾਲ ਪੁੱਛਗਿੱਛ ਜਿਹੜੀ ਹੈ ਕੀਤੀ ਜਾਏਗੀ, ਜਿਸ ਨਾਲ 6 ਦਿਨ ਦਾ ਰਿਮਾਂਡ ਹਾਸਲ ਹੋਇਆ। ਸੋ ਉਸਨੂੰ ਫਰੀਦਕੋਟ ਜੇਲ੍ਹ 'ਚ ਸੀ ਉਹ, ਜਿੱਥੇ ਕਿ ਸੁਖਜੀਤ ਸਿੱਧੂ ਨੂੰ ਹੁਣ
मानसा लिया गया जिथे मानसा पुलिस ने इसका 6 दिन का रिमांड हासिल किया। इस तो हुण लगातार पूछगिछ की जा रही है।